ਅਸਲਾਮ ਵਾਲੇਕੁਮ ਸਜਾਦ ਭਾਈ। ਵਾਲੇਕੁਮ ਅਸਲਾਮ ਭਾਜੀ, ਕੀ ਹਾਲ ਚਾਲ ਨੇ ਤੁਹਾਡੇ? ਸ਼ੁਕਰ ਅੱਲਾਹ ਦਾ ਰਾਜ਼ੀ, ਸ਼ੁਕਰ ਮੌਲਕ ਦਾ। ਸੁਣਾਓ ਭਾਜੀ, ਕਿਵੇਂ ਗੁਜ਼ਰ ਰਹੀ ਹੈ ਜ਼ਿੰਦਗੀ? ਬਸ ਸੋਹਣੇ ਮਾਲਕ ਦਾ ਸ਼ੁਕਰ ਹੈ, ਜਿਹੜੇ ਸਾਥ ਹੈ ਉਹ ਨੇ ਉਹਦੀ ਮਾਨਤ। ਮਾਸ਼ਾਅੱਲਾ ਭਾਜੀ, ਤੁਸੀਂ ਯੂਕੇ ਖੇਲ ਕੇ ਆਏ, ਬੜਾ ਚੰਗਾ ਪਰਫਾਰਮ ਕੀਤਾ, ਕਿਵੇਂ ਰਿਹਾ ਤੁਹਾਡਾ ਟੂਰ? ਟੂਰ ਅੱਲਾਹ ਦੀ ਮਿਹਰਬਾਨੀ ਨਾਲ ਬਹੁਤ ਵਧੀਆ ਰਿਹਾ, ਮਿਹਨਤ ਵੀ ਕੀਤੀ ਸੀ। ਦੋ ਫੈਡਰੇਸ਼ਨਾਂ ਬਣੀਆਂ ਹੋਈਆਂ ਸੀ, ਅਗਰ ਇੱਕ ਫੈਡਰੇਸ਼ਨ ਰਹਿੰਦੀ ਫਿਰ ਜ਼ਿਆਦਾ ਮਜ਼ਾ ਆਉਣਾ। ਅੱਛਾ, ਲੇਕਿਨ ਆਪਣੀ ਪਰਫਾਰਮੈਂਸ ਵਧੀਆ ਰਹੀ, ਸ਼ੁਕਰ ਅੱਲਾਹ। ਅਜੇ ਦੱਸੋ ਭਾਜੀ, ਤੁਸੀਂ ਕਬੱਡੀ ਕਿਵੇਂ, ਤੁਹਾਨੂੰ ਬਚਪਨ ਤੋਂ ਸ਼ੌਂਕ ਸੀਗਾ ਜਾਂ ਕਿਸੇ ਵਜ੍ਹਾ ਤੋਂ ਤੁਹਾਨੂੰ ਇੱਧਰ ਆਉਣਾ ਪਿਆ, ਕਿਵੇਂ ਸ਼ੁਰੂ ਕੀਤੀ? ਕਬੱਡੀ ਯਾਰ ਸਾਡੇ ਇਲਾਕੇ ਦੇ ਵਿੱਚ ਖੇਡੀ ਜਾਂਦੀ ਸੀ, ਇੰਟਰਨੈਸ਼ਨਲ ਲੈਵਲ ਦਾ ਤਾਂ ਪਹਿਲੇ ਮੈਨੂੰ ਪਤਾ ਨਹੀਂ ਸੀ, ਮੈਨੂੰ ਇੱਥੋਂ ਤੱਕ ਲਿਖਣਾ ਪਿੰਡਾਂ ਥਾਵਾਂ ਦਾ ਪਤਾ ਜਦੋਂ ਸਟਾਰਟ ਕੀਤਾ। ਸਟਾਰਟ ਕਰਨ ਤੋਂ ਪਹਿਲੇ ਵੀ ਮਤਲਬ ਇੰਨੀ ਜਾਣ ਨਹੀਂ ਸੀ ਹੁੰਦੀ, ਇੰਨੀ ਸਰੀਰ 'ਚ ਪਾਵਰ ਨਹੀਂ ਸੀ ਹੁੰਦੀ, ਲੇਕਿਨ ਦੇਖਣ ਦੀ ਹੱਦ ਤੱਕ ਬਹੁਤ ਜ਼ਿਆਦਾ ਸ਼ੌਕ ਸੀ ਵੀ ਮੈਂ ਵੀ ਤਗੜਾ ਹੋਵਾਂਗਾ ਅਤੇ ਖੇਡਾਂਗਾ। ਅਤੇ ਫਿਰ ਅੱਲਾਹ ਦੀ ਮਿਹਰਬਾਨੀ ਨਾਲ ਫਿਰ 97 'ਚ ਸ਼ੁਰੂ ਕੀਤੀ ਸੀ। ਅੱਛਾ, ਫਿਰ ਵਿਲ ਸਿਸਟਮ 'ਤੇ ਫਿਰ ਸਾਡੇ ਨਾਲ ਪਿੰਡ 177 ਮਾਲਟਾ ਵੀ ਹਰ ਜੁਮੇ ਦੇ ਜੁਮੇ ਅਸੀਂ ਖੇਡਦੇ ਰਹੇ ਹਾਂ, ਮਸਲਾ ਇੱਕ ਜੁਮਾ ਉਹਨਾਂ ਨੇ ਆਉਣਾ, ਇਸ ਤਰ੍ਹਾਂ ਕਰਕੇ ਹਰ ਹਫ਼ਤੇ ਮੈਚ ਹੁੰਦੇ ਰਹੇ। ਅੱਛਾ, ਤੇ ਕਿੰਨੀ ਉਮਰ ਸੀ ਜਦੋਂ ਤੁਸੀਂ ਸ਼ੁਰੂ ਕੀਤਾ? 18 ਸਾਲ ਹੈ ਅਸੀਂ, 17-18 ਸਾਲ। ਅੱਛਾ, ਅਤੇ ਬਾਕੀ ਭਾਜੀ ਕੀ ਪੈਗਾਮ ਦੇਣਾ ਚਾਹੋਗੇ ਦੋਸਤਾਂ ਨੂੰ, ਕੀ ਰਾਏ ਰੱਖਦੇ ਹੋ ਤੁਸੀਂ, ਕੀ ਹੋਣਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲੇ ਤਾਂ ਮੈਂ ਆਪਣੀ ਬਰਾਦਰੀ ਨੂੰ ਪਿਆਰ ਭਰਿਆ ਸਲਾਮ। ਵਾਲੇਕੁਮ ਸਲਾਮ। ਅਤੇ ਜਿਹੜੇ ਦੋਸਤ ਸਾਡੇ ਬਾਹਰ ਦੇ ਦੇਸ਼ਾਂ ਦੇ ਵਿੱਚ ਇੰਡੀਆ ਦੇ ਮੁੰਡਿਆਂ ਨਾਲ ਜਿੱਦਾਂ ਲਾਉਂਦੇ ਨੇ, ਕਹਿੰਦੇ ਨੇ ਸਾਡੇ ਪਲੇਅਰ ਇੱਦਾਂ, ਕੋਈ ਵੀ ਇਹਨੇ ਵੀ ਇਹ ਨਹੀਂ ਕਹਿੰਦਾ ਵੀ ਮੇਰਾ ਨਾਂ ਲੈਂਦੇ ਨੇ, ਕੋਈ ਵੀ ਕਿਸੇ ਪਲੇਅਰ ਦਾ ਵੀ ਉਹਨਾਂ ਨੂੰ ਬੜਾ ਮਾਣ ਹੁੰਦਾ ਆਪਣੇ ਪਲੇਅਰਾਂ ਦੇ। ਖਾਸ ਤੌਰ 'ਤੇ ਜਿਹੜੀ ਸਾਡੀ ਬਰਾਦਰੀ ਗੁਜਰ ਬਰਾਦਰੀ ਹੈ, ਬੜੀ ਜੋਸ਼ੀਲੀ ਹੈ, ਗੱਲਬਾਤ ਹੁੰਦੀ ਰਹਿੰਦੀ ਹੈ ਬਾਹਰ ਦੇ ਦੇਸ਼ਾਂ 'ਚ ਬਾਕੀ ਦੋਸਤਾਂ ਨਾਲ। ਅਤੇ ਇਹੋ ਹੀ ਕਹਿਣਾ ਚਾਹਾਂਗਾ ਉਹਨਾਂ ਨੂੰ ਕਿ ਵੱਡੀ ਨਾਲ ਪਿਆਰ ਕਰਿਆ ਕਰੋ, ਇੰਨੇ ਛੀਲੇ ਨਾ ਹੋਇਆ ਕਰੋ, ਅਤੇ ਇਨਸ਼ਾ ਅੱਲਾਹ ਤਾਲਾ ਇਸ ਦਫ਼ਾ ਜਿਹੜਾ ਵਰਲਡ ਕੱਪ ਹੋਏਗਾ 2015 ਦਾ, ਅਸੀਂ ਉਮੀਦ ਕਰਦੇ ਹਾਂ ਅਗਰ ਸਹੀ ਤਰੀਕੇ ਨਾਲ ਹੋਏ, ਜਿਸ ਤਰ੍ਹਾਂ ਪਿਛਲੀ ਦਫ਼ਾ ਹੋਇਆ ਨਾ, ਇਸ ਤਰ੍ਹਾਂ ਨਹੀਂ ਸਹੀ ਤਰੀਕੇ ਨਾਲ ਹੋਏ, ਰੈਫਰੀ ਕੋ ਪਾਕਿਸਤਾਨ ਦੇ ਵੀ ਹੋਣ ਵਿੱਚ ਸਹੀ ਫੈਸਲਾ ਦਿੱਤਾ ਜਾਵੇ, ਸਾਡਾ ਪੈਰ ਵੀ ਟੀਮ ਜਿਹੜੀ ਪਾਕਿਸਤਾਨ ਦੀ ਮੈਨੇਜਮੈਂਟ ਕਮੇਟੀ ਵਧੀਆ ਟੀਮ ਬਣਾਏ, 2-2.5 ਮਹੀਨੇ ਦਾ ਕੈਂਪ ਲੱਗੇ, ਅੱਛੀ ਟ੍ਰੇਨਿੰਗ ਹੋਵੇ, ਅੱਛੀ ਖੁਰਾਕ ਮਿਲੇ, ਅਤੇ ਇਨਸ਼ਾਅੱਲਾ ਉਮੀਦ ਹੈ ਵੀ ਅਸੀਂ ਵਰਲਡ ਕੱਪ ਜਿੱਤ ਕੇ ਆਵਾਂਗੇ। ਅਤੇ ਹਾਰ ਜੇਤ ਨਿਕਲਣਾ ਪੜਨਾ ਇਹ ਗੇਮ ਦਾ ਹਿੱਸਾ ਹੈ, ਲੇਕਿਨ ਇੰਡੀਆ ਨੂੰ ਅਸੀਂ ਦੱਸਾਂਗੇ ਵੀ ਗੇਮ ਕਬੱਡੀ ਕਿਵੇਂ ਖੇਡੀ ਜਾਂਦੀ। ਇਨਸ਼ਾਅੱਲਾ ਅੱਲਾਹ ਦੇ ਹੁਕਮ ਹੈ, ਅੱਲਾਹ ਦੀ ਜ਼ਾਤ ਮਿਹਨਤ ਕਿਸੇ ਦੀ ਨਹੀਂ ਰੱਖਦੀ। ਉਸ ਤੋਂ ਇਲਾਵਾ ਰਜ਼ਵਾਨ ਭਾਈ ਸਾਡੀ ਜਿਹੜੀ ਹਕੂਮਤ ਹੈ ਏਸ਼ੀਆ ਕੱਪ ਹੋਇਆ 2012 ਵਿੱਚ, ਸਾਨੂੰ ਅਜੇ ਤੱਕ ਕੋਈ ਚੀਜ਼ ਨਹੀਂ ਮਿਲੀ, ਸਾਨੂੰ ਦਾ ਨਾਮ ਹੀ ਨਹੀਂ ਮਿਲਿਆ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਡਿਪਾਰਟਮੈਂਟ ਪਾਕਿਸਤਾਨ ਆਰਮੀ ਤੋਂ, ਜਿਨ੍ਹਾਂ ਨੇ ਮੈਨੂੰ ਪੰਜ ਮਰਲੇ ਦਾ ਪ੍ਰਾਰਥ ਦਿੱਤਾ, ਸ਼ੁਕਰ ਅਲਹਮਦੁਲਿਲਾ। ਅੱਛਾ ਜੀ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਬਾਕੀ ਪਾਕਿਸਤਾਨ ਹਕੂਮਤ ਨੇ ਸਾਨੂੰ ਕੋਈ ਚੀਜ਼ ਨਹੀਂ ਦਿੱਤੀ। ਅਤੇ ਅਸੀਂ ਜੇ ਗੱਲ ਕਰੀਏ ਇੰਡੀਆ ਦੀ, ਦੇਖੋ ਜੀ ਯੂਕੇ 'ਚ ਕਬੱਡੀ ਹੁੰਦੀ ਹੈ ਜਾਂ ਕੈਨੇਡਾ 'ਚ ਹੁੰਦੀ ਹੈ, ਅਕਸਰੀਅਤ ਉਹਨਾਂ ਦੇ ਪਲੇਅਰਾਂ ਦੀ ਹੈ ਨਾ, ਬਿਲਕੁਲ 70%। ਬਿਲਕੁਲ, ਜਿਹੜੇ 30% ਸਾਡੇ ਖੇਡਦੇ ਨੇ ਲੜਕੇ,
ਉਹ ਵੀ ਇੰਡੀਆ ਦੇ ਕਲੱਬ ਹੀ ਬੁਲਾਉਂਦੇ ਨੇ, ਸਿੰਘ ਹੀ ਬੁਲਾਉਂਦੇ ਨੇ, ਤੇ ਜੇ ਵਰਲਡ ਕੱਪ ਕਰਵਾਉਂਦੇ ਨੇ ਤੇ ਉਹ ਵੀ ਸਿੰਘ ਕਰਵਾਉਂਦੇ ਨੇ ਇੰਡੀਆ ਦੇ ਵਿੱਚ ਜਿਹੜਾ ਵਰਲਡ ਕੱਪ ਹੁੰਦਾ। ਬਿਲਕੁਲ, ਤੇ ਸਾਡੀ ਹਕੂਮਤ ਨੂੰ ਚਾਹੀਦਾ ਕੋ ਚਲੋ ਵਰਲਡ ਕੱਪ ਦਾ ਨਾਂ ਨਹੀਂ, ਇਸ ਤਰ੍ਹਾਂ ਦਾ ਕੋਈ ਇਵੈਂਟ ਹੋਣਾ ਚਾਹੀਦਾ ਜਿਵੇਂ ਏਸ਼ੀਆ ਕੱਪ ਹੋਏ, ਸਾਨੂੰ ਵੀ ਮੌਕਾ ਮਿਲੇ, ਅਸੀਂ ਵੀ ਆਪਣੀ ਕੰਟਰੀ ਵਿੱਚ ਕਰਵਾਈਏ, ਅਸੀਂ ਖੇਲੀਏ, ਉਹਨਾਂ ਨੂੰ ਅਸੀਂ ਦੱਸੀਏ। ਫਿਰ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ 40 ਮਿੰਟ ਦਾ ਮੈਚ ਹੁੰਦਾ ਟੋਟਲ, 40 ਮਿੰਟ ਦਾ ਮੈਚ ਨਹੀਂ ਖੇਲਾਂਗੇ ਅਸੀਂ, ਸਾਡੇ ਨਾਲ ਜੋ 60 ਮਿੰਟ ਦਾ ਯਾਨੀ ਘੰਟੇ ਦਾ ਜਾਂ ਘੰਟੇ ਤੋਂ ਵੱਧ 80 ਮਿੰਟ ਦਾ ਮੈਚ ਨਹੀਂ ਖੇਲਣ, ਅਸੀਂ ਬਿਲਕੁਲ ਮੁਸਲਸਲ ਉਹਨਾਂ ਨਾਲ ਤਿਆਰ ਹਾਂ, ਇਹ ਨਹੀਂ ਵੀ ਕੋਈ ਵਕਫਾ, ਅਸੀਂ ਉਹਨਾਂ ਨਾਲ ਬਿਲਕੁਲ ਤਿਆਰ ਹਾਂ, ਕਿਉਂਕਿ ਉਹਨਾਂ ਦੇ ਮੁੰਡੇ ਜ਼ਿਆਦਾਤਰ ਮੈਡੀਸਨ ਯੂਜ ਕਰਦੇ ਨੇ, ਸਾਡੇ ਪਲੇਅਰ ਦੇਸੀ ਖੁਰਾਕਾਂ ਖਾਂਦੇ ਨੇ, ਤੇ ਥੋੜੀ ਜਿਹੀ ਬਸ ਮਿਹਨਤ ਕੀਤੀ ਜਾਏ ਇਹਨਾਂ ਤੇ, ਅੱਲਾ ਦੀ ਮਿਹਰਬਾਨੀ ਨਾਲ ਬਹੁਤ ਤਗੜੇ ਨੇ। ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਮੈਡੀਸਨ ਯੂਜ ਨਾ ਕਰਨ, ਦਿਲ ਲਾ ਕੇ ਮਿਹਨਤ ਕਰਨ, ਤੇ ਅੱਛੇ ਉਸਤਾਦ ਕੋ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਪਲੇਅਰ ਚੰਗੇ ਰਹਿ ਚੁੱਕੇ ਨੇ ਉਹਨਾਂ ਕੋਲ ਟ੍ਰੇਨਿੰਗ ਕਰਨ, ਤੇ ਦੂਸਰਾ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜਿਹਨਾਂ ਨੇ ਗੇਮ ਨਹੀਂ ਕੀਤੀ ਜਾਂ ਜਿਹਨਾਂ ਨੂੰ ਕਬੱਡੀ ਦਾ ਨਹੀਂ ਪਤਾ ਉਹ ਟ੍ਰੇਨਿੰਗ ਕਬੱਡੀ ਦੀ ਕਿਵੇਂ ਕਰਾ ਸਕਣਗੇ, ਉਹ ਆਪਣਾ ਟਾਈਮ ਨਾ ਜ਼ਾਇਆ ਕਰਨ। ਤੇ ਜੇ ਬੰਦਾ ਕਵੇ ਕਿ ਮੈਂ ਮਿਹਨਤ ਤੋਂ ਬਗੈਰ ਫਲ ਹਾਸਲ ਕਰਾਂਗਾ ਤੇ ਮੈਂ ਤੇ ਨਹੀਂ ਮੰਨਦਾ ਇਸ ਚੀਜ਼ ਨੂੰ, ਉਹ ਤੇ ਕਿਤੇ ਹਜ਼ਾਰਾਂ ਚੋਂ ਇੱਕ ਦਫ਼ਾ ਹੁੰਦਾ। ਸਹੀ ਗੱਲ ਵੀ ਚਲੋ ਜੇ ਕੋਈ ਤੁੱਕਾ ਲੱਗ ਗਿਆ ਕਿਸੇ ਦਾ ਤੇ ਸੱਚੀ ਗੱਲ, ਲੇਕਿਨ ਮਿਹਨਤ ਜਿਹੜੀ ਹੈ ਨਾ ਉਹ ਅੱਲਾ ਦੀ ਜ਼ਾਤ ਕਿਸੇ ਦੀ ਨਹੀਂ ਰੱਖਦੀ। ਬਿਲਕੁਲ, ਪਹਿਲੇ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਇਹ ਆਪਣੇ ਦੇਸੀ ਖੁਰਾਕਾਂ ਮੀਟ ਫਰੂਟ ਇਹ ਦੁੱਧ ਦਹੀਂ ਇਹੋ ਜਿਹੀਆਂ ਚੀਜ਼ਾਂ ਯੂਜ ਕਰਨ, ਨਾਲ ਟ੍ਰੇਨਿੰਗ ਕਰਨ, ਨਾਲ ਅੱਛਾ ਟ੍ਰੇਨਰ ਉਹਨਾਂ ਨੂੰ ਮਿਲ ਜਾਵੇ, ਅੱਛਾ ਸਟਾਫ ਮਿਲ ਜਾਵੇ। ਉਹ ਦਿਨ ਦੂਰ ਨਹੀਂ ਹੈ, ਕੋਈ ਵੀ ਮਾਂ ਦੇ ਪੇਟ ਦੇ ਵਿੱਚੋਂ ਵੱਡੀ ਸੇਕੇ ਜਾਂ ਕੋਈ ਵੀ ਚੀਜ਼ ਸੇਕੇ ਨਹੀਂ ਹੁੰਦਾ, ਤੇ ਸਭ ਤੋਂ ਪਹਿਲੇ ਤੇ ਇਨਸਾਨੀਅਤ ਹੈ। ਬਿਲਕੁਲ, ਪਲੇਅਰ ਤੋਂ ਪਹਿਲੇ ਵੀ ਇਹ ਕੋਈ ਜ਼ਰੂਰੀ ਨਹੀਂ ਵੀ ਬੰਦਾ ਪਲੇਅਰ ਹੀ ਤਗੜਾ ਹੋਵੇ ਤੇ ਉਹ ਇਨਸਾਨ ਨਾ ਹੋਵੇ, ਅੱਛਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਨਾਲ ਅੱਲਾ ਦੀ ਜ਼ਾਤ ਵੀ ਮਦਦ ਕਰਦੀ ਹੈ। ਬਿਲਕੁਲ, ਤੇ ਦੂਸਰਾ ਜਿਹੜੇ ਸਾਡੇ ਲੋਕ ਪਾਕਿਸਤਾਨ ਚ ਰਹਿੰਦੇ ਨੇ ਜਾਂ ਹੋਰ ਕੰਟਰੀਆਂ ਚ ਰਹਿੰਦੇ ਨੇ ਮੈਂ ਉਹਨਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹਾਂਗਾ ਵੀ ਆਪਣੇ ਹੱਥ ਨਾਲ ਭਲਾ ਕਰੋ ਗਰੀਬਾਂ ਦਾ। ਬਿਲਕੁਲ, ਆਪਣਾ ਸਿਰ ਸਦਕਾ ਜਾਂ ਕੋਈ ਕਿਸੇ ਦੀ ਬੱਚੀ ਜਵਾਨ ਹੈ ਕਿਸੇ ਗਰੀਬ ਦੀ ਉਹਦੀ ਹੈਲਪ ਕਰੋ। ਬਿਲਕੁਲ, ਤਾਂ ਕਿ ਉਹ ਵੀ ਅੱਛੇ ਤਰੀਕੇ ਨਾਲ ਪ੍ਰਸਤੁਤ ਹੋ ਜਾਵੇ, ਉਹਨਾਂ ਦੀ ਵੀ ਦਿਲ ਦੀ ਖਾਹਿਸ਼ ਇਹ ਹੁੰਦੀ ਹੈ ਵੀ ਚਲੋ ਅਸੀਂ ਆਪਣੇ ਸਸੁਰਾਲ ਜਾਣਾ ਤੇ ਕੋਈ ਵਧੀਆ ਚੀਜ਼ ਲੈ ਕੇ ਜਾਈਏ। ਹਾਂਜੀ, ਤੇ ਮੈਂ ਤੇ ਆਪਣੇ ਦੋਸਤਾਂ ਨੂੰ ਵੀ ਮੈਸੇਜ ਦੇਣਾ ਚਾਹਾਂਗਾ ਵੀ ਗਰੀਬਾਂ ਦਾ ਭਲਾ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ, ਯਤੀਮ ਬੱਚੀਆਂ ਦਾ, ਵਿਧਵਾ ਔਰਤਾਂ ਦਾ, ਅੱਲਾ ਦੀ ਜ਼ਾਤ ਮਦਦ ਕਰਦੀ ਹੈ, ਫਜ਼ੂਲ ਖਰਚੀਆਂ ਨਾ ਕਰਿਆ ਕਰੋ। ਇਹ ਜਿਹੜੇ ਲੋਕ ਮਸਾਂ ਮੇਰੇ ਸਮੇਤ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ, ਮੈਂ ਇਹ ਕਹਿਣਾ ਚਾਹਾਂਗਾ ਵੀ ਅਸੀਂ ਜਿਹੜੇ ਫਜ਼ੂਲ ਖਰਚੀਆਂ ਕਰਨੇ ਆ, ਜੈਸ਼ੀਆਂ ਕਰਨੇ ਆ, ਜਿਹੜੇ ਲੋਕ ਬੋਤਲਾਂ ਵਗੈਰਾ ਯੂਜ ਕਰਦੇ ਨੇ, ਕੋਈ ਵੀ ਬੋਤਲ ਹੈ ਜਾਂ ਸ਼ਾਦੀ ਤੇ ਸੁਰਲੀਆਂ ਪਟਾਕੇ ਫਾਇਰਿੰਗ ਇੰਨੀ ਖਰਚਾ ਕਰਦੇ ਨੇ, ਪੈਸੇ ਕਮਾਉਂਦੇ ਨੇ, ਅਗਰ ਇਹੋ ਹੀ ਬਚਤ ਕਰਕੇ ਅਸੀਂ ਕਿਸੇ ਗਰੀਬ ਨੂੰ ਦੇ ਦਈਏ ਤੇ ਉਹਦਾ ਚਲੋ ਭਲਾ ਹੋ ਜਾਏਗਾ, ਕਿਸੇ ਦਾ ਚੁੱਲ੍ਹਾ ਨਹੀਂ ਚੱਲਦਾ ਤੇ ਚੁੱਲ੍ਹਾ ਚੱਲ ਜਾਏਗਾ, ਉਹ ਕਿਸੇ ਬੱਚੀ ਨੂੰ ਕਿਸੇ ਗਰੀਬ ਨੂੰ ਕੋਈ ਚੀਜ਼ ਲੈ ਕੇ ਦੇ ਦਿੰਦੇ ਹਾਂ ਤੇ ਸਾਰੀ ਜ਼ਿੰਦਗੀ ਦੁਆਵਾਂ ਦੇਣਗੇ। ਤੇ ਬਾਕੀ ਸਦਾ ਬਾਸ਼ੇ ਰੱਬ ਦੀ, ਜ਼ਿੰਦਗੀ ਦਾ ਇੱਕ ਹੀ ਚੱਕਰ ਹੈ, ਮੁਕਤਸਰ ਦੀ ਜ਼ਿੰਦਗੀ ਹੈ। ਦੇਖੋ ਟੋਟਲ ਤੁਰਿਆ ਜਾਂਦਾ ਬੰਦਾ, ਦਿਲ ਦੇ ਅਟੈਕ ਦਾ ਬੰਦਾ ਪਤਾ ਨਹੀਂ ਕਿੱਥੇ ਆ ਜਾਣੀ ਹੈ। ਸਹੀ ਗੱਲ, ਤੇ ਮੈਂ ਤੇ ਫਿਰ ਵਾਰ ਵਾਰ ਇਹੋ ਮੈਸੇਜ ਦੇਣਾ ਚਾਹਾਂਗਾ ਸਾਰੇ ਦੋਸਤਾਂ ਨੂੰ, ਭਰਾਵਾਂ ਨੂੰ, ਜਿੰਨੇ ਵੀ ਲੋਕ ਸਾਡੇ ਪਾਕਿਸਤਾਨ ਚ ਜਾਂ ਆਊਟ ਕੰਟਰੀ ਜਿੰਨੇ ਵੀ ਰਹਿੰਦੇ ਨੇ, ਕਬੱਡੀ ਨਾਲ ਵੀ ਪਿਆਰ ਕਰਦੇ ਨੇ, ਉਹਨਾਂ ਨੂੰ ਵੀ
ਮੈਸੇਜ ਵੀ ਦੇਣਾ ਚਾਹਾਂਗਾ ਇਹੋ ਹੀ ਬਾਰ ਬਾਰ ਵੀ ਯਤੀਮ ਬੱਚਿਆਂ ਦਾ ਭਲਾ ਕਰਨ ਤੇ ਦੂਸਰਾ ਬੇਵਾ ਔਰਤਾਂ ਨੇ ਜਾਂ ਕੋਈ ਗਰੀਬ ਹੈ ਐਸਾ ਜਿਹੜਾ ਮਸਲ ਜਿਹਦੇ ਕੋਈ ਨੀ ਹੈ ਕੋਈ ਵਸੀਲਾ ਨੀ ਹੈ ਜੇ ਉਹਨਾਂ ਦੇ ਕਰਨ ਨਾਲ ਕੁਛ ਜੇ ਉਹਨਾਂ ਦਾ ਕੁਛ ਹੋ ਜਾਂਦਾ ਤੇ ਉਹਨਾਂ ਦਾ ਭਲਾ ਜ਼ਰੂਰ ਕਰਨ ਬਿਲਕੁਲ ਅੱਲਾ ਦੀ ਜ਼ਾਤ ਉਹਨਾਂ ਤੇ ਕਰਮ ਕਰੇਗੀ ਤੇ ਬਾਕੀ ਸਾਡੀ ਬਰਾਦਰੀ ਜਿਹੜੀ ਹੈ ਗੁੱਜਰ ਬਰਾਦਰੀ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹਾਂਗਾ ਵੀ ਜਸ਼ੀਲੇ ਨਾ ਹੋਇਆ ਕਰੋ ਇੱਕ ਦੂਸਰੇ ਨਾਲ ਪਿਆਰ ਨਾਲ ਰਿਹਾ ਕਰੋ ਹਾਂਜੀ ਤੇ ਬਾਹਰ ਦੇ ਦੇਸ਼ਾਂ 'ਚ ਤੁਸੀਂ ਰਹਿੰਦੇ ਹੋ ਤੇ ਸਾਡੇ ਵਾਸਤੇ ਵੀ ਦੁਆ ਕਰਿਆ ਕਰੋ ਖਾਸ ਤੌਰ 'ਤੇ ਜਿਹੜੇ ਮਦੀਨੇ ਪਾਕ ਦੇ ਇਰਦ ਗਿਰਦ ਰਹਿੰਦੇ ਨੇ ਉਹਨਾਂ ਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ ਵੀ ਸਾਡੇ ਵਾਸਤੇ ਦੁਆ ਕਰਿਆ ਕਰੋ ਵੀ ਅੱਲਾਹ ਦੀ ਜ਼ਾਤ ਖਾਸ ਤੌਰ 'ਤੇ ਜਿਹੜੇ ਸਾਡੇ ਕਬੱਡੀ ਦੇ ਪਲੇਅਰ ਨੇ ਜਾਂ ਕੋਈ ਵੀ ਪਲੇਅਰ ਹੈ ਅੱਲਾਹ ਦੀ ਜ਼ਾਤ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਸੱਟ ਚੋੜ ਤੋਂ ਬਚਾਏ ਤੇ ਦੁਆ ਕਰਿਓ ਇਨਸ਼ਾਲਾ ਅਸੀਂ ਵਰਲਡ ਕੱਪ ਇਸ ਦਫ਼ਾ ਜਿੱਤ ਕੇ ਆਈਏ ਇਨਸ਼ਾਲਾ ਤੇ ਸਾਡੀ ਨੂੰ ਚਾਹੀਦਾ ਮੈਂ ਅੱਗੇ ਵੀ ਕਿਹਾ ਸੀ ਕਿ ਕੋਈ ਐਸਾ ਇਵੈਂਟ ਕਰਵਾਵੇ ਵੀ ਜਿਹੜਾ ਅਸੀਂ ਇਹਨਾਂ ਨੂੰ ਦੱਸੀਏ ਕਿ ਕਬੱਡੀ ਕਿੱਦਾਂ ਖੇਲੀ ਜਾਂਦੀ ਹੈ ਮੇਰੀ ਤਰਫੋਂ ਪਿਆਰ ਭਰਿਆ ਸਲਾਮ ਭਾਜੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਮਾਸ਼ਾਅੱਲਾ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਬਹੁਤ ਅੱਛੀ ਸੋਚ ਹੈ ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ ਤੇ ਜਿਹੜਾ ਤੁਸੀਂ ਪੈਗਾਮ ਦਿੱਤਾ ਦੋਸਤਾਂ ਨੂੰ ਇਹਦੇ ਤੇ ਅਮਲ ਕਰਨ ਦੀ ਤੌਫੀਕ ਦੇਵੇ ਅੱਲਾਹ ਤਾਲਾ ਬਹੁਤ ਸ਼ੁਕਰੀਆ ਭਾਜੀ ਅਸਲਾਮ ਅਲੈਕੁਮ ਸਜਾਦ ਭਾਈ ਵਾਲੇਕੁਮ ਅਸਲਾਮ ਭਾਜੀ ਕੀ ਹਾਲ ਚਾਲ ਨੇ ਤੁਹਾਡੇ ਸ਼ੁਕਰ ਅੱਲਾਹ ਦਾ ਰਾਜ਼ੀ ਸ਼ੁਕਰ ਮਾਲਕ ਸੁਣਾਓ ਭਾਜੀ ਕਿਵੇਂ ਗੁਜ਼ਰ ਰਹੀ ਹੈ ਜ਼ਿੰਦਗੀ ਬਸ ਸੋਹਣੇ ਮਾਲਕ ਦਾ ਸ਼ੁਕਰ ਹੈ ਜੇ ਜਿਹੜੇ ਸਾਥ ਹੈ ਉਹ ਮਾਸ਼ਾਅੱਲਾ ਭਾਜੀ ਤੁਸੀਂ ਯੂਕੇ ਖੇਲ ਕੇ ਆਏ ਬੜਾ ਚੰਗਾ ਪਰਫਾਰਮ ਕੀਤਾ ਕਿਵੇਂ ਰਿਹਾ ਤੁਹਾਡਾ ਟੂਰ ਟੂਰ ਅੱਲਾਹ ਦੀ ਮਿਹਰਬਾਨੀ ਨਾਲ ਬਹੁਤ ਵਧੀਆ ਰਿਹਾ ਮਿਹਨਤ ਵੀ ਕੀਤੀ ਸੀ ਦੋ ਫੈਡਰੇਸ਼ਨਾਂ ਬਣੀਆਂ ਹੋਈਆਂ ਸੀ ਅਗਰ ਇੱਕ ਫੈਡਰੇਸ਼ਨ ਰਹਿੰਦੀ ਫਿਰ ਜ਼ਿਆਦਾ ਮਜ਼ਾ ਆਉਣਾ ਜੀ ਅੱਛਾ ਲੇਕਿਨ ਆਪਣੀ ਪਰਫਾਰਮੈਂਸ ਵਧੀਆ ਰਹੀ ਸ਼ੁਕਰ ਅਜੇ ਦੱਸੋ ਭਾਜੀ ਤੁਸੀਂ ਕਬੱਡੀ ਕਿਵੇਂ ਤੁਹਾਨੂੰ ਬਚਪਨ ਤੋਂ ਸ਼ੌਂਕ ਸੀਗਾ ਜਾਂ ਕਿਸੇ ਵਜ੍ਹਾ ਤੋਂ ਤੁਹਾਨੂੰ ਇੱਧਰ ਆਉਣਾ ਪਿਆ ਕਿਵੇਂ ਸ਼ੁਰੂ ਕੀਤੀ ਤੁਸੀਂ ਕਬੱਡੀ ਯਾਰ ਸਾਡੇ ਇਲਾਕੇ ਦੇ ਵਿੱਚ ਖੇਲੀ ਜਾਂਦੀ ਸੀ ਇੰਟਰਨੈਸ਼ਨਲ ਲੈਵਲ ਦਾ ਪਹਿਲੇ ਮੈਨੂੰ ਪਤਾ ਨਹੀਂ ਸੀ ਮੈਨੂੰ ਇੱਥੋਂ ਤੱਕ ਲੇਕਿਨ ਪਿੰਡਾਂ ਥਾਵਾਂ ਦਾ ਪਤਾ ਜਦੋਂ ਸਟਾਰਟ ਕੀਤਾ ਸਟਾਰਟ ਕਰਨ ਤੋਂ ਪਹਿਲੇ ਵੀ ਮਤਲਬ ਇੰਨੀ ਜਾਣ ਨਹੀਂ ਸੀ ਹੁੰਦੀ ਇੰਨੀ ਸਰੀਰ 'ਚ ਪਾਵਰ ਨਹੀਂ ਸੀ ਹੁੰਦੀ ਲੇਕਿਨ ਦੇਖਣ ਦੀ ਹੱਦ ਤੱਕ ਬਹੁਤ ਜ਼ਿਆਦਾ ਸ਼ੌਂਕ ਸੀ ਵੀ ਮੈਂ ਵੀ ਤਗੜਾ ਹੋਵਾਂਗਾ ਤੇ ਖੇਡਾਂਗਾ ਤੇ ਫਿਰ ਅੱਲਾਹ ਦੀ ਮਿਹਰਬਾਨੀ ਨਾਲ ਫਿਰ 97 ਸ਼ੁਰੂ ਕੀਤੀ ਸੀ ਅੱਛਾ ਫਿਰ ਵਿਲ ਸਿਸਟਮ ਤੇ ਫਿਰ ਸਾਡੇ ਨਾਲ ਪਿੰਡ 177 ਮਾਲਟਾ ਹਰ ਜੁਮੇ ਦੇ ਜੁਮੇ ਅਸੀਂ ਖੇਲਦੇ ਰਹੇ ਹਾਂ ਮਸਲ ਇੱਕ ਜੁਮਾ ਉਹਨਾਂ ਨੇ ਆਉਣਾ ਇਸ ਤਰ੍ਹਾਂ ਕਰਕੇ ਹਰ ਹਫ਼ਤੇ ਮੈਚ ਹੁੰਦੇ ਰਹੇ ਅੱਛਾ ਤੇ ਕਿੰਨੀ ਉਮਰ ਸੀ ਜਦੋਂ ਤੁਸੀਂ ਸ਼ੁਰੂ ਕੀਤਾ 18 ਸਾਲ ਹੈ ਅਸੀਂ 17-18 ਸਾਲ ਅੱਛਾ ਤੇ ਬਾਕੀ ਭਾਜੀ ਕੀ ਪੈਗਾਮ ਦੇਣਾ ਚਾਹੀਦਾ ਬਿਲਕੁਲ ਉਸ ਤੋਂ ਇਲਾਵਾ ਰਜ਼ਵਾਨ ਭਾਈ ਸਾਡੀ ਜਿਹੜੀ ਹਕੂਮਤ ਹੈ ਏਸ਼ੀਆ ਕੱਪ ਹੋਇਆ 2012 ਵਿੱਚ ਸਾਨੂੰ ਅਜੇ ਤੱਕ ਕੋਈ ਚੀਜ਼ ਨਹੀਂ ਮਿਲੀ ਸਾਨੂੰ ਦਾ ਨਾਮ ਹੀ ਨਹੀਂ ਮਿਲਿਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਡਿਪਾਰਟਮੈਂਟ ਪਾਕਿਸਤਾਨ ਆਰਮੀ ਤੋਂ ਜਿਨ੍ਹਾਂ ਨੇ ਮੈਨੂੰ ਬਾਕੀ ਮਰਲੇ ਦਾ ਪ੍ਰਾਰਥ ਦਿੱਤਾ ਸ਼ੁਕਰ ਅੱਛਾ ਜੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਬਾਕੀ ਪਾਕਿਸਤਾਨ ਹਕੂਮਤ ਨੇ ਸਾਨੂੰ ਕੋਈ ਚੀਜ਼ ਨਹੀਂ ਦਿੱਤੀ ਤੇ ਅਸੀਂ ਜੇ ਗੱਲ ਕਰੀਏ ਇੰਡੀਆ ਦੀ ਦੇਖੋ ਜੀ ਯੂਕੇ 'ਚ ਕਬੱਡੀ ਹੁੰਦੀ ਹੈ ਜਾਂ ਕੈਨੇਡਾ 'ਚ ਹੁੰਦੀ ਹੈ ਅਕਸਰੀਅਤ ਤੇ ਉਹਨਾਂ ਦੀ ਪਲੇਅਰਾਂ ਦੀ ਹੈ ਨਾ ਬਿਲਕੁਲ 70% ਜਿਹੜੇ
40% ਸਾਡੇ ਖੇਡਦੇ ਨੇ ਲੜਕੇ ਉਹ ਵੀ ਇੰਡੀਆ ਦੇ ਕਲੱਬ ਹੀ ਬੁਲਾਉਂਦੇ ਨੇ ਸਿੰਘ ਹੀ ਬੁਲਾਉਂਦੇ ਨੇ ਤੇ ਜੇ ਵਰਲਡ ਕੱਪ ਕਰਵਾਉਂਦੇ ਨੇ ਤੇ ਉਹ ਵੀ ਸਿੰਘ ਕਰਵਾਉਂਦੇ ਨੇ ਇੰਡੀਆ ਦੇ ਵਿੱਚ ਜਿਹੜਾ ਵਰਲਡ ਕੱਪ ਹੁੰਦਾ ਬਿਲਕੁਲ ਤੇ ਸਾਡੀ ਹਕੂਮਤ ਨੂੰ ਚਾਹੀਦਾ ਕੋ ਚਲੋ ਵਰਲਡ ਕੱਪ ਦਾ ਨਾਂ ਨਹੀਂ ਇਸ ਤਰ੍ਹਾਂ ਦਾ ਕੋਈ ਇਵੈਂਟ ਹੋਣਾ ਚਾਹੀਦਾ ਜਿਵੇਂ ਏਸ਼ੀਆ ਕੱਪ ਹੋਏ ਸਾਨੂੰ ਵੀ ਮੌਕਾ ਮਿਲੇ ਅਸੀਂ ਵੀ ਆਪਣੀ ਕੰਟਰੀ ਵਿੱਚ ਕਰਵਾਈਏ ਅਸੀਂ ਖੇਲੀਏ ਤੇ ਉਹਨਾਂ ਨੂੰ ਅਸੀਂ ਦੱਸੀਏ ਫਿਰ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ 40 ਮਿੰਟ ਦਾ ਮੈਚ ਹੁੰਦਾ ਟੋਟਲ 40 ਮਿੰਟ ਦਾ ਮੈਚ ਨਹੀਂ ਖੇਲਾਂਗੇ ਅਸੀਂ ਸਾਡੇ ਨਾਲ ਜੋ 60 ਮਿੰਟ ਦਾ ਯਾਨੀ ਕਿ ਘੰਟੇ ਦਾ ਜਾਂ ਘੰਟੇ ਤੋਂ ਵੱਧ 80 ਮਿੰਟ ਦਾ ਮੈਚ ਨਹੀਂ ਖੇਲਣਾ ਅਸੀਂ ਬਿਲਕੁਲ ਕਹੋਗੇ ਦੋਸਤਾਂ ਨੂੰ ਕੀ ਰਾਏ ਰੱਖਦੇ ਹੋ ਤੁਸੀਂ ਕੀ ਹੋਣਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਆਪਣੀ ਬਰਾਦਰੀ ਨੂੰ ਪਿਆਰ ਭਰਿਆ ਸਲਾਮ ਵਾਲੇਕੁਮ ਸਲਾਮ ਤੇ ਜਿਹੜੇ ਦੋਸਤ ਸਾਡੇ ਬਾਹਰ ਦੇ ਦੇਸ਼ਾਂ ਦੇ ਵਿੱਚ ਇੰਡੀਆ ਦੇ ਮੁੰਡਿਆਂ ਨਾਲ ਜਿੱਦਾਂ ਲਾਉਂਦੇ ਨੇ ਕਹਿੰਦੇ ਨੇ ਸਾਡੇ ਪਲੇਅਰ ਇੱਦਾਂ ਕੋਈ ਵੀ ਯਾਨੀ ਵੀ ਇਹ ਨਹੀਂ ਕਹਿੰਦਾ ਵੀ ਮੇਰਾ ਨਾਂ ਲੈਂਦੇ ਨੇ ਕੋਈ ਵੀ ਕਿਸੇ ਪਲੇਅਰ ਦਾ ਵੀ ਉਹਨਾਂ ਨੂੰ ਬੜਾ ਮਾਣ ਹੁੰਦਾ ਆਪਣੇ ਪਲੇਅਰਾਂ ਦੇ ਖਾਸ ਤੌਰ ਤੇ ਜਿਹੜੀ ਸਾਡੀ ਬਰਾਦਰੀ ਗੁਜਰ ਬਰਾਦਰੀ ਹੈ ਬੜੀ ਜਸੀਲੀ ਹੈ ਗੱਲਬਾਤ ਹੁੰਦੀ ਰਹਿੰਦੀ ਹੈ ਬਾਅਦ ਦੇਸ਼ਾਂ ਚ ਬਾਕੀ ਦੋਸਤਾਂ ਨਾਲ ਤੇ ਇਹੋ ਹੀ ਕਹਿਣਾ ਚਾਹਾਂਗਾ ਉਹਨਾਂ ਨੂੰ ਕਿ ਵੱਡੀ ਨਾਲ ਪਿਆਰ ਕਰਿਆ ਕਰੋ ਇੰਨੇ ਛੋਟੇ ਨਾ ਹੋਇਆ ਕਰੋ ਤੇ ਇਨਸ਼ਾਅੱਲਾ ਤਾਲਾ ਇਸ ਦਫ਼ਾ ਜਿਹੜਾ ਵਰਲਡ ਕੱਪ ਹੋਏਗਾ 2015 ਦਾ ਅਸੀਂ ਉਮੀਦ ਕਰਦੇ ਹਾਂ ਅਗਰ ਸਹੀ ਤਰੀਕੇ ਨਾਲ ਹੋਏ ਜਿਸ ਤਰ੍ਹਾਂ ਪਿਛਲੀ ਦਫ਼ਾ ਹੋਇਆ ਨਾ ਇਸ ਤਰ੍ਹਾਂ ਨਹੀਂ ਸਹੀ ਤਰੀਕੇ ਨਾਲ ਹੋਏ ਰੈਫਰੀ ਕੋ ਪਾਕਿਸਤਾਨ ਦੇ ਵੀ ਹੋਣ ਵਿੱਚ ਸਹੀ ਫੈਸਲਾ ਦਿੱਤਾ ਜਾਏ ਸਾਡਾ ਪੈਰ ਵੀ ਟੀਮ ਜਿਹੜੀ ਪਾਕਿਸਤਾਨ ਦੀ ਮੈਨੇਜਮੈਂਟ ਕਮੇਟੀ ਵਧੀਆ ਟੀਮ ਬਣਾਏ 2-2.5 ਮਹੀਨੇ ਦਾ ਕੈਂਪ ਲੱਗੇ ਅੱਛੀ ਟ੍ਰੇਨਿੰਗ ਹੋਵੇ ਅੱਛੀ ਖੁਰਾਕ ਮਿਲੇ ਤੇ ਇਨਸ਼ਾਅੱਲਾ ਉਮੀਦ ਹੈ ਵੀ ਅਸੀਂ ਵਰਲਡ ਕੱਪ ਜਿੱਤ ਕੇ ਆਵਾਂਗੇ ਤੇ ਹਾਰ ਜੇਤ ਨਿਕਲਣਾ ਬਣਨਾ ਇਹ ਗੇਮ ਦਾ ਹਿੱਸਾ ਲੇਕਿਨ ਇੰਡੀਆ ਨੂੰ ਅਸੀਂ ਦੱਸਾਂਗੇ ਵੀ ਗੇਮ ਕਬੱਡੀ ਕਿਵੇਂ ਖੇਲੀ ਜਾਂਦੀ ਇਨਸ਼ਾਅੱਲਾ ਅੱਲਾ ਦੇ ਹੁਕਮ ਹੈ ਅੱਲਾ ਦੀ ਜ਼ਾਤ ਮਿਹਨਤ ਕਿਸੇ ਦੀ ਨਹੀਂ ਰੱਖ ਬਿਲਕੁਲ ਦੂਸਰਾ ਜਿਹੜੇ ਸਾਡੇ ਲੋਕ ਪਾਕਿਸਤਾਨ 'ਚ ਰਹਿੰਦੇ ਨੇ ਜਾਂ ਹੋਰ ਕੰਟਰੀਆਂ 'ਚ ਰਹਿੰਦੇ ਨੇ ਮੈਂ ਉਹਨਾਂ ਨੂੰ ਇਹੋ ਹੀ ਮੈਸੇਜ ਦੇਣਾ ਚਾਹਾਂਗਾ ਵੀ ਆਪਣੇ ਹੱਥ ਨਾਲ ਭਲਾ ਕਰੋ ਗਰੀਬਾਂ ਦਾ ਬਿਲਕੁਲ ਆਪਣਾ ਸਿਰ ਸਦਕਾ ਜਾਂ ਕੋਈ ਕਿਸੇ ਦੀ ਬੱਚੀ ਜਵਾਨ ਹੈ ਕਿਸੇ ਗਰੀਬ ਦੀ ਕਿ ਉਹਦੀ ਹੈਲਪ ਕਰੋ ਬਿਲਕੁਲ ਤਾਂ ਕਿ ਉਹ ਵੀ ਅੱਛੇ ਤਰੀਕੇ ਨਾਲ ਪ੍ਰਸਤੁਤ ਹੋ ਜਾਵੇ ਉਹਨਾਂ ਦੀ ਵੀ ਦਿਲ ਦੀ ਖਾਹਿਸ਼ ਇਹ ਹੁੰਦੀ ਹੈ ਵੀ ਚਲੋ ਅਸੀਂ ਆਪਣੇ ਸਸੁਰਾਲ ਜਾਣਾ ਕਿ ਕੋਈ ਵਧੀਆ ਚੀਜ਼ ਲੈ ਕੇ ਜਾਈਏ ਹਾਂਜੀ ਤੇ ਮੈਂ ਤਾਂ ਆਪਣੇ ਦੋਸਤਾਂ ਨੂੰ ਵੀ ਮੈਸੇਜ ਦੇਣਾ ਚਾਹਾਂਗਾ ਵੀ ਗਰੀਬਾਂ ਦਾ ਭਲਾ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਯਤੀਮ ਬੱਚੀਆਂ ਦਾ ਵਿਧਵਾ ਔਰਤਾਂ ਦਾ ਅੱਲਾ ਦੀ ਜ਼ਾਤ ਮਦਦ ਕਰਦੀ ਫਜ਼ੂਲ ਖਰਚੀਆਂ ਨਾ ਕਰਿਆ ਕਰੋ ਇਹ ਜਿਹੜੇ ਲੋਕ ਮਸਲਨ ਮੇਰੇ ਸਮੇਤ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਹੁਤ ਚੰਗਾ ਮੈਂ ਇਹ ਕਹਿਣਾ ਚਾਹਾਂਗਾ ਵੀ ਅਸੀਂ ਜਿਹੜੇ ਫਜ਼ੂਲ ਖਰਚੀਆਂ ਕਰਨੇ ਆ ਜੈਸ਼ੀਆਂ ਕਰਨੇ ਆ ਜਿਹੜੇ ਲੋਕ ਬੋਤਲਾਂ ਵਗੈਰਾ ਯੂਜ ਕਰਦੇ ਨੇ ਕੋਈ ਵੀ ਬੋਤਲ ਹੈ ਜਾਂ ਸ਼ਾਦੀ ਤੇ ਸੁਰਲੀਆਂ ਪਟਾਕੇ ਫਾਇਰਿੰਗ ਇੰਨੀ ਖਰਚਾ ਕਰਦੇ ਨੇ ਪੈਸੇ ਡਾਉਂਦੇ ਨੇ ਅਗਰ ਇਹੋ ਹੀ ਬਚਤ ਕਰਕੇ ਅਸੀਂ ਕਿਸੇ ਗਰੀਬ ਨੂੰ ਦੇ ਦਈਏ ਤੇ ਉਹਦਾ ਚਲੋ ਭਲਾ ਹੋ ਜਾਵੇਗਾ ਕਿਸੇ ਦਾ ਚੁੱਲ੍ਹਾ ਨਹੀਂ ਚੱਲਦਾ ਤੇ ਚੁੱਲ੍ਹਾ ਚੱਲ ਜਾਏਗਾ ਕਿਸੇ ਬੱਚੀ ਨੂੰ ਕਿਸੇ ਗਰੀਬ ਨੂੰ ਕੋਈ ਚੀਜ਼ ਲੈ ਕੇ ਦੇ ਦਿੰਦੇ ਹਾਂ ਤੇ ਸਾਰੀ ਜ਼ਿੰਦਗੀ ਦੁਆਵਾਂ ਦੇਗੇ ਤੇ ਬਾਕੀ ਸਦਾ ਬਾਸ਼ੇ ਰੱਬ ਦੀ ਜ਼ਿੰਦਗੀ ਦਾ ਇੱਕ ਹੀ ਚੱਕਰ ਹੈ ਮੁਕਤਸਰ ਦੀ ਜ਼ਿੰਦਗੀ ਹੈ ਦੇਖੋ ਟੋਟਲ ਤੁਰਿਆ ਜਾਂਦਾ ਬੰਦਾ ਦਿਲ ਦੇ ਅਟੈਕ ਦਾ ਬੰਦਾ ਪਤਾ ਨਹੀਂ ਕਿੱਥੇ ਆ ਜਾਣੀ ਹੈ ਸਹੀ ਗੱਲ ਤੇ ਮੈਂ ਤੇ ਫਿਰ ਵਾਰ ਵਾਰ ਇਹੋ ਮੈਸੇਜ ਦੇਣਾ ਚਾਹਾਂਗਾ ਸਾਰੇ ਦੋਸਤਾਂ ਨੂੰ ਭਰਾਵਾਂ ਨੂੰ ਮੁਸਲਸਲ ਉਹਨਾਂ ਨਾਲ ਤਿਆਰ ਹਾਂ ਇਹ ਨਹੀਂ ਵੀ ਕੋਈ ਵਕਫਾ ਅਸੀਂ ਉਹਨਾਂ ਨਾਲ ਬਿਲਕੁਲ ਤਿਆਰ ਹਾਂ ਕਿਉਂਕਿ ਉਹਨਾਂ ਦੇ ਮੁੰਡੇ ਜ਼ਿਆਦਾਤਰ ਮੈਡੀਸਨ ਯੂਜ਼ ਕਰਦੇ ਨੇ ਸਾਡੇ ਪਲੇਅਰ ਦੇਸੀ ਖੁਰਾਕਾਂ ਖਾਂਦੇ ਨੇ
ਤੇ ਥੋੜੀ ਜਿਹੀ ਬਸ ਮਿਹਨਤ ਕੀਤੀ ਜਾਏ ਇਹਨਾਂ ਤੇ ਅੱਲਾ ਦੀ ਮਿਹਰਬਾਨੀ ਨਾਲ ਬਹੁਤ ਤਗੜੇ ਨਾ। ਮੈਂ ਜਿਹੜੀ ਸਾਡੀ ਯੰਗ ਜਨਰੇਸ਼ਨ ਆ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਮੈਡੀਸਨ ਯੂਜ ਨਾ ਕਰਨ, ਦਿਲ ਲਾ ਕੇ ਮਿਹਨਤ ਕਰਨ ਤੇ ਅੱਛੇ ਉਸਤਾਦ ਕੋ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਪਲੇਅਰ ਚੰਗੇ ਰਹਿ ਚੁੱਕੇ ਨੇ ਉਹਨਾਂ ਕੋਲ ਟ੍ਰੇਨਿੰਗ ਕਰਨ। ਤੇ ਦੂਸਰਾ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜਿਹਨਾਂ ਨੇ ਗੇਮ ਨਹੀਂ ਕੀਤੀ ਜਾਂ ਜਿਹਨਾਂ ਨੂੰ ਕਬੱਡੀ ਦਾ ਨਹੀਂ ਪਤਾ ਉਹ ਟ੍ਰੇਨਿੰਗ ਕਬੱਡੀ ਦੀ ਕਿਵੇਂ ਕਰਾ ਸਕਣਗੇ, ਉਹ ਆਪਣਾ ਟਾਈਮ ਨਾ ਜ਼ਾਇਆ ਕਰਨ। ਤੇ ਜੇ ਬੰਦਾ ਕਵੇ ਕਿ ਮੈਂ ਮਿਹਨਤ ਤੋਂ ਬਗੈਰ ਫਲ ਹਾਸਲ ਕਰਾਂਗਾ ਤੇ ਮੈਂ ਤੇ ਨਹੀਂ ਮੰਨਦਾ ਇਸ ਚੀਜ਼ ਨੂੰ। ਉਹ ਤੇ ਕਿਤੇ ਹਜ਼ਾਰਾਂ ਚੋਂ ਇੱਕ ਦਫ਼ਾ ਹੁੰਦਾ ਸਹੀ ਗੱਲ ਵੀ ਚਲੋ ਜੇ ਕੋਈ ਤੁੱਕਾ ਲੱਗ ਗਿਆ ਕਿਸੇ ਦਾ ਤੇ ਸੱਚੀ ਗੱਲ, ਲੇਕਿਨ ਮਿਹਨਤ ਜਿਹੜੀ ਹੈ ਨਾ ਉਹ ਅੱਲਾ ਦੀ ਜ਼ਾਤ ਕਿਸੇ ਦੀ ਨਹੀਂ ਰੱਖਦੀ। ਬਿਲਕੁਲ, ਪਹਿਲੇ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਇਹ ਆਪਣੇ ਦੇਸੀ ਖੁਰਾਕਾਂ ਮੀਟ ਫਰੂਟ ਇਹ ਦੁੱਧ ਦਹੀਂ ਇਹੋ ਜਿਹੀਆਂ ਚੀਜ਼ਾਂ ਯੂਜ ਕਰਨ, ਨਾਲ ਟ੍ਰੇਨਿੰਗ ਕਰਨ, ਨਾਲ ਅੱਛਾ ਟ੍ਰੇਨਰ ਉਹਨਾਂ ਨੂੰ ਮਿਲ ਜਾਵੇ, ਅੱਛਾ ਸਟਾਫ ਮਿਲ ਜਾਵੇ। ਉਹ ਦਿਨ ਦੂਰ ਨਹੀਂ ਹੈ, ਕੋਈ ਵੀ ਮਾਂ ਦੇ ਪੇਟ ਦੇ ਵਿੱਚੋਂ ਵੱਡੀ ਸੇਕੇ ਜਾਂ ਕੋਈ ਵੀ ਚੀਜ਼ ਸੇਕੇ ਨਹੀਂ ਹੁੰਦਾ। ਤੇ ਸਭ ਤੋਂ ਪਹਿਲੇ ਤੇ ਇਨਸਾਨੀਅਤ ਹੈ, ਪਲੇਅਰ ਤੋਂ ਪਹਿਲੇ ਵੀ ਇਹ ਕੋਈ ਜ਼ਰੂਰੀ ਨਹੀਂ ਵੀ ਬੰਦਾ ਪਲੇਅਰ ਹੀ ਤਗੜਾ ਹੋਵੇ ਤੇ ਉਹ ਇਨਸਾਨ ਨਾ ਹੋਵੇ। ਅੱਛਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ, ਉਹਦੇ ਨਾਲ ਅੱਲਾ ਦੀ ਜ਼ਾਤ ਵੀ ਮਦਦ ਕਰਦੀ ਹੈ।